ਤੇ ਹਰਸ਼ਾ ਵਿਗ ਗਈ ਏ ਇੱਕ ਮੋਟਰਸਾਈਕਲ ਸੀ ਉਹ ਵੀ ਕੱਲ ਤੁਹਾਡੇ ਪੁੱਤੀਜੇ ਕੋ ਲੋਕ ਖੋ ਕੇ ਲੈ ਗਏ ਨੇ ਦੋ ਬੰਦੇ ਆਏ ਅੱਖਾਂ ਚ ਉਹਨੇ ਕੈਮੀਕਲ ਪਾਇਆ ਤੇ ਮੋਟਰਸਾਈਕਲ ਲੈ ਕੇ ਚਲੇ ਗਏ ਹੁਣ ਮੈਂ ਰਾਤ ਦਾ ਵੇਲਾ ਬੈਠਾ ਹਾਂ ਜੀ ਸਰ ਐਪਲੀਕੇਸ਼ਨ ਦੀ ਨੋ ਐਪਲੀਕੇਸ਼ਨ ਨਹੀਂ ਮੈਂ ਦੇਣਾ ਚਾਹਤਾ ਕਿਉਂਕਿ ਜੋ ਲੈ ਕੇ ਗਿਆ ਉਸਕੋ ਪੈਗਾਮ ਦੇਣਾ ਚਾਹਤਾ ਹਾਂ ਕਿ ਅਗਰ ਸ਼ਰਮ ਆਏ ਤੇ ਵਾਪਸ ਦੇ ਜੀ ਚੋਰਾਂ ਨੂੰ ਇਹ ਪੈਗਾਮ ਹੈ ਕਿ ਚੋਰੋ ਕਾਲਿਓ ਚੋਰੋ ਓਏ ਮੇਰੇ ਵਰਗਿਓ ਚੋਰੋ ਤੁਹਾਨੂੰ ਰੱਬ ਦਾ ਵਾਸਤਾ ਹੈ ਕਦੀ ਕਿਸੇ ਦੀ ਕੋਈ ਚੀਜ਼ ਨਾ ਚੁੱਕੋ ਕਿਸੇ ਨੂੰ ਦੁੱਖ ਨਾ ਦਿਓ ਛੋਟੀ ਜੀ ਜ਼ਿੰਦਗੀ ਹੈ 100 ਬਰਸ ਦੀ ਜ਼ਿੰਦਗੀ ਮੇਂ ਇੱਕ ਪਲ ਕੋਈ ਐਸਾ ਕੰਮ ਕਰਕੇ ਤੈਨੂੰ ਕੋਈ ਯਾਦ ਰੱਖੇ ਲੇਕਿਨ ਕਿਸੇ ਦੇ ਬੱਚੇ ਦੇ ਵਿੱਚ ਜਦੋਂ ਤੁਸੀਂ ਅੱਖਾਂ 'ਚ ਕੁਝ ਪਾਉਂਦੇ ਹੋ ਤੇ ਤੁਹਾਡਾ ਜ਼ਮੀਰ ਜਾਗਣਾ ਚਾਹੀਦਾ ਹੈ ਕਿ ਤੁਹਾਡੇ ਬੱਚੇ ਵੀ ਹੈਗੇ ਨੇ ਹਮਾਰੇ ਕੌਮੀ ਹੀਰੋਜ਼ ਦਾ ਜੋ ਹਾਲ ਹੈ ਬਖੂਬੀ ਸਾਰੇ ਵਾਕਿਫ ਹੈ ਇਹ ਸ਼ਕੀਲ ਚੰਦ ਸਾਹਿਬ ਹੈ ਹਮਾਰੇ ਮੁਲਕਾ ਇੱਕ ਅਸਾਸਾ ਵੀ ਹੈ ਅਕਸਰ ਦਿਖਾਇਆ ਜਾਂਦਾ ਹੈ ਕਿ ਜਿਨ੍ਹਾਂ ਨੇ ਇਸ ਮੁਲਕਾ ਨਾਮ ਰੋਸ਼ਨ ਕੀਤਾ हम लोग उनके साथ क्या करते हैं हमारी हुकूमत उनके साथ क्या करती है हुकूमत तो कोई ताउन कभी जिंदगी में किया नहीं लेकिन अपनी मेहनत से मुश्किल से गुजर के जो कमाते हैं उससे अगर कुछ ले लें तो उन आवाम भी लौट लें ले दीजिए इनके साथ रिसेंटली वह कुआ ये हुआ कि मोटरसाइकिल थी उसके कागजात नहीं थे सस्ती इन्होंने ली थी कि चलो घर गुजारा हो जाए कोई सामान लेके जाना हो किसी को लेके जाना हो वो भी रास्ते में इनके बैठे से छीन के ले गया और आंखों में केमिकल डाल दिया गया चंद साहब जी जी आज तक वैसे इस मुल्क ने कुछ दिया आपको जी इस मुल्क ने तो सानू बड़ा कुछ ਦਿੱਤਾ मां दीती पियो ਦਿੱਤਾ दादा ਦਿੱਤਾ परदादा ਦਿੱਤਾ नाम ਦਿੱਤਾ सानू पहचान दीती पूरी दुनिया च assi pakistan di vahe to assi mashhoor ha lekin sanu hukumat valon koi sanu imdad nahi kiti gayi kadi puchhya nahi gaya sad mera mera car kiraye da hai char mere bacche ne ਠੀਕ ਹੈ ਜੀ ਮੈਂ ਸਫੈਦ ਪੋਸ਼ ਆਦਮੀ ਆ ਠੀਕ ਹੈ ਜੀ ਤੇ ਹਰਸ਼ਾ ਵਿਗ ਗਈ ਏ ਇੱਕ ਮੋਟਰਸਾਈਕਲ ਸੀ ਉਹ ਵੀ ਕੱਲ ਤੁਹਾਡੇ ਪੁੱਤੀਜੇ ਕੋ ਲੋਕ ਖੋ ਕੇ ਲੈ ਗਏ ਨੇ ਦੋ ਬੰਦੇ ਆਏ ਪਿੰਡੂ ਟਾਇਪ ਬੰਦੇ ਸਨ ਉਹਨਾਂ ਨੇ ਮੇਰੇ ਪੁੱਤਰ ਨੂੰ ਆਵਾਜ਼ ਦਿੱਤੀ ਮੇਰਾ ਪੁੱਤਰ ਰੁਕਿਆ ਉਹਨਾਂ ਨੇ ਕਿਹਾ ਜੀ ਅੰਕਲ ਉਹ ਬੜਾ ਪਿਆਰਾ ਬੋਲਦਾ ਸਾਰਿਆਂ ਨਾਲ ਅੱਛਾ ਬੋਲਦਾ ਪੜਿਆ ਲਿਖਿਆ 10ਵੀਂ ਚ ਪੜਦਾ ਤੇ ਉਹਨੇ ਕਿਹਾ ਜੀ ਯਾਂ ਪੇ ਆਪਕੇ ਮਹੱਲੇ ਮੇ ਕੋਈ ਇਸ ਨਾਮ ਕਾ ਡਾਕਟਰ ਉਹਨੇ ਕਿਹਾ ਜੀ ਕੋਈ ਨਹੀਂ ਹੈ ਸਾਡੇ ਮਹੱਲੇ ਚ ਕੋਈ ਨਹੀਂਗਾ ਉਹ ਦੂਜਾ ਜਿਹੜਾ ਬੰਦਾ ਸੀ ਉਹਦੀ ਅੱਖਾਂ ਚ ਉਹਨੇ ਕੈਮੀਕਲ ਪਾਇਆ ਮੋਟਰਸਾਈਕਲ ਲੈ ਕੇ ਚਲੇ ਗਏ ਨੇ ਹੁਣ ਮੈਂ ਰਾਤ ਦਾ ਵੇਲਾ ਬੈਠਾ ਹਾਂ ਅਪੀਲ ਕਰ ਰਿਹਾ ਹਾਂ ਮੈਂ ਆਪਣੇ ਹੁਕਮਰਾਨਾਂ ਨੂੰ ਆਪਣੇ ਵੇਖਣ ਵਾਲਿਆਂ ਨੂੰ ਆਪਣੀ ਪਬਲਿਕ ਨੂੰ ਕਿ ਵੇਖੋ ਫਨਕਾਰਾਂ ਨਾਲ ਕੀ ਹੋ ਰਿਹਾ ਛੋਟੀ ਜੀ ਇੱਕ ਮੋਟਰਸਾਈਕਲ ਸੀ ਉਹ ਵੀ ਲੈ ਗਏ ਨੇ ਵਾਰਦ ਸਾਹਿਬ ਤੁਸੀਂ ਮੇਰੀ ਮੋਟਰਸਾਈਕਲ ਕਿੰਨੀ ਵਾਰਾਂ ਦੇਖੀਏ ਉਹ ਕੱਲ ਦੀ ਤੁਹਾਡੇ ਪੁੱਤਰ ਕੋਲੋਂ ਚੁੱਕ ਕੇ ਲੈ ਗਏ ਨੇ ਖੋ ਕੇ ਲੈ ਗਏ ਨੇ ਮਾੜਾ ਕੀਤਾ ਜਿੰਨੇ ਵੀ ਤੇ ਮੋਟਰਸਾਈਕਲ ਕਿੰਨੇ ਕੀਲੀ ਸੀ ਚੰਦ ਸਾਹਿਬ ਮੈਨੇ ਉਹ ਲਈ ਸੀ ਜੀ 30000 ਕੀ ਕੋਈ ਕਾਗਜ਼ ਵਗੈਰਾ ਨਹੀਂ ਥੇ ਉਹਦਾ ਕੁਝ ਵੀ ਨਹੀਂ ਸੀਗਾ ਜਿਹੜੇ ਮੈਂ ਦੋਸਤ ਕੋ ਲਈ ਸੀ ਨਾ ਉਹ ਵੀ ਸਾਡੇ ਮਹਲੇਦਾਰ ਹੀ ਹੈ ਭਰਾ ਹੈ ਉਹਨੇ ਕਿਹਾ ਉਸਤਾਦ ਜੀ ਇਹਦਾ ਕੁਝ ਵੀ ਨਹੀਂ ਹੈਗਾ ਮੈਂ ਕਿਹਾ ਯਾਰ ਮੇਰੇ ਕੋ ਪੈਸੇ ਇੰਨੇ ਨੇ ਇਹ ਤੂੰ ਮੈਨੂੰ ਦੇ ਦੇ ਮੈਂ ਇਹਦੀ ਪਛਾਣ ਹੈ ਕਿ ਮੈਂ ਸ਼ਕੀਲ ਚਾਨਾ ਮੈਨੂੰ ਜਿੱਥੇ ਮਰਜ਼ੀ ਲੈ ਜਾਓ ਲੰਡਨ ਯੂਰਪ ਲੈ ਜਾਓ ਮੈਂ ਹਸਬਿਹਾਲ ਪ੍ਰੋਗਰਾਮ ਕਰਨਾ ਸੁਹੇਲ ਸਾਹਿਬ ਨਾਲ ਮੇਰੀ ਪਛਾਣ ਹੈ ਤੇ ਮੈਨੂੰ ਕਦੀ ਕਿਸੇ ਪੁਲਿਸ ਵਾਲੇ ਨੇ ਨਹੀਂ ਰੋਕਿਆ ਉਹਨਾਂ ਦੀ ਮਿਹਰਬਾਨੀ ਜੇਕਰ ਰੋਕੇ ਵੀ ਤੈਨੂੰ ਮੈਂ ਕਹਿੰਨਾ ਭਾਈ ਤੈਨੂੰ ਦੋ ਚੀਜ਼ਾਂ ਚੋਂ ਇੱਕ شناخت ਚਾਹੀਦੀ ਹੈ ਮੇਰੀ شناخت ਹੈ ਕਿ ਮੈਂ ਸ਼ਕੀਲ ਚਾਨਾ मोटरसाइकिल मेरे है। ते अगे कोई जुर्म नहीं हो रहा बस क्या टाइम किस वक्त था किस वक्त बच्चा लेके लेकर तकरीबन कोई सवा दो ढाई बजे का था ये सुबह दोपहर की दोपहर के सब लोग यहाँ एक्टिव थे सब लोग देख रहे थे सब लोग एक दूसरे को महसूस कर रहे थे सन्नाटा नहीं था कोई ऐसी बात नहीं थी बस उनके पास केमिकल ऐसा था कि उन्होंने मेरे बच्चों को मेरे बच्चे की आंखों में डाला है और वो केमिकल की वजह से डिस्टर्ब हुआ है फिर मैंने उसका तीन चार दफा मुंह भी दिलवाया है एक दारू मिलता है मेडिकल स्टोर से वो ले दिया है भी इसको आंखों में डालो कहीं उसका कोई इन्फेक्शन ना हो जाए एप्लीकेशन दी नो no, एप्लीकेशन नहीं मैं देना चाहता क्योंकि आ, जो लेके गया उसको पैगाम देना चाहता हूँ कि अगर शर्म आए तो वापस दे दी नहीं तो कोई साहब ਮੋਟਰਸਾਈਕਲ ਆਪਕੇ ਪਾਸ ਰਹੀ ਕੋਈ ਵਾਰਦਾਤ ਢਾਲਦੇ ਕੁਝ ਵੀ ਕਰ ਸਕਤੇ ਆ ਐਪਲੀਕੇਸ਼ਨ ਦੇ ਨਾ ਥਾਣੇ ਵਿੱਚ ਕੁਝ ਨਹੀਂ ਕਰ ਸਕਦਾ ਕਿ ਉਸਕੋ ਮੈਨੇ ਨੰਬਰ ਵੀ ਖੁਦ ਲਗਾਇਆ ਥਾ ਪੁਲਿਸ ਵਾਲੋ ਕੋ ਮੈਂ ਬੋਤਾਤਾ ਥਾ ਕਿ ਇਹਨੂੰ ਮੈਂ ਨੰਬਰ ਵੀ ਖੁਦ ਲਾਇਆ ਹੈ ਇਹਦਾ ਨੰਬਰ ਵੀ ਨਹੀਂ ਹੈਗਾ ਇਹਦੀ ਕਿਤਾਬ ਵੀ ਨਹੀਂ ਹੈਗੀ ਇਹਦੀ ਚਾਬੀ ਵੀ ਨਹੀਂ ਹੈਗੀ ਇਹ ਸਿਰਫ ਮੇਰੇ ਕੋਲੇ ਤੇ ਮੈਂ ਸ਼ਕੀਲ ਚਾਨਾ ਬਸ ਐਨੀ ਸਾਡੀ ਜ਼ਮਾਨਤ ਐਨੀ ਬੜੀ ਹੈ ਮੋਟਰਸਾਈਕਲ ਹੀ ਬਚੀ ਥੀ ਪਾਸ ਬਾਕੀ ਸਾਰਾ ਕੁਝ ਵਿਗ ਗਿਆ ਹਾਏ 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 ਗੱਡੀ ਵੇਚ ਗਈ ਭਾਜੀ ਮੈਂ ਐਸੀ ਵੇਚਿਆ ਮੇਰਾ ਭਰਾ ਜੀ ਵੱਡਾ ਇਹਨੂੰ ਪੁੱਛ ਲੋ ਸਾਡੇ ਹਾਲਾਤ ਇਹੋ ਜਿਹੇ ਹੁੰਦੇ ਨੇ ਅਸੀਂ ਨੇ ਫਨਕਾਰ ਸਫੈਦ ਪੋਸ਼ ਜਦੋਂ ਸਾਡੇ ਕੋ ਪੈਸੇ ਹੁੰਦੇ ਨੇ ਅਸੀਂ ਭੈਣ ਭਰਾਵਾਂ ਨੂੰ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਖੁਸ਼ ਰੱਖਨੇ ਆ ਬੱਚਿਆਂ ਨੂੰ ਤੇ ਜਦੋਂ ਸਾਡੇ ਤੇ ਬੁਰਾ ਵਕਤ ਹੁੰਦਾ ਸਕਾ ਭਰਾ ਵੀ ਸਾਡਾ ਅਹਿਸਾਸ ਨਹੀਂ ਕਰਦਾ ਕਿਉਂਕਿ ਉਹ ਕਹਿੰਦਾ ਤੂੰ ਕਾਦਾ ਫਨਕਾਰ ਹੈ ਅਸੀਂ ਤੈਨੂੰ ਕਿਉਂ ਦਈਏ ਤੇ ਤੂੰ ਸਾਨੂੰ ਦੇ ਇੰਜ ਦੀਆਂ ਸਾਨੂੰ ਗੱਲਾਂ ਕਰਦੇ ਕੋਈ ਸਾਥ ਨਹੀਂ ਦਿੰਦਾ ਕੋਈ ਭੈਣ ਭਾਈ ਦੋਸਤ ਅਹਿਬਾਬ ਸਿਰਫ ਰੱਬ ਦੀ ਜ਼ਾਤ ਤੋਂ ਇਲਾਵਾ ਸਾਡਾ ਪੰਜ ਤਨ ਪਾਗ ਤੋਂ ਇਲਾਵਾ ਕੋਈ ਸਹਾਰਾ ਨਹੀਂ किसी का भी साहब पिछले दिन मैं देख रहा था कि जब उम्र भरती जाती है जी थिएटर में काम पहले तो मिलता रहता है लेकिन बाद में काम भी बंद कर देते हैं हाँ जी हाँ जी काम आजकल बड़ी बहुत बड़ी मिलापरी छिड़ी हुई है मैं आपको बताऊं हर थिएटर पे उन्होंने एक अपनी टीम बनाई हुई है हर थिएटर पे बुकिंग पे दो बंदे जो है ना बाहर वो थिएटर को खराब करने से वो वो बाज नहीं आ रहे और हर थिएटर पर मुनाफत छाई हुई है बड़े लोग हैं जो मुझे कास्ट नहीं करते मैं मैं कहता हूँ मेरा अल्लाह पे तकवा है अल्लाह पे मुझे यकीन है अल्लाह पे आपने उम्मीद नहीं रखनी यकीन रखना है मुझे यकीन है और मैं ड्रामा कर रहा हूँ एज ए डायरेक्टर मेरा ड्रामा लगा हुआ है और मैं कर रहा हूँ बस कभी नहीं होता ड्रामा चुप करके घर बैठ जाते हैं थिएटर में आजकल फायरिंग वगैरह भी हो रही है सब कुछ हो रहा है जी लड़कियाँ लड़कियों ने अन्य डाल दी है जब हम इस काम में आए थे तो बड़ी इज्जत होती थी अब तो बस जो डांसर है ना वो भी उसकी भी वर्थ हमसे ज़्यादा है کیونکہ وہ جس لڑکی کے ساتھ ڈانس کرتا ہے وہ چھوڑو کے پھرتا ہے اگر کوئی اسے کہے نا پتر انج کر دے تے وہ سیدھا لڑکی ਨੂੰ شکایت کردا ہے لڑکی اگوں مالک ਨੂੰ کہندی ہے تے مالک صرف لڑکی دی مندا ہے سینئرز کی کوئی عزت نہیں کوئی نہیں یہ سب کچھ ختم ہو گیا ہے یہ گلشن ویران ہو چکا ہے خاندان والے لوگ تھے پہلے بیٹھ کے فیملی کے ساتھ ڈرامہ دیکھ لیتے تھے اب تو بس اب نہیں دیکھ سکتے اب نہیں دیکھ سکتے کیونکہ اب وہ ڈرامے نہیں ہو رہے ड्रामों के डायरेक्टर हुए हैं बड़े बड़े जैसे सुहेल साहब हुए सुहेल साहब का ड्रामा आप अपनी दादी को भी बिठा लें अपनी बेटी को भी बिठा लें ड्रामा देखेंगे आप बाइक की तरफ आए सुल साहब तक पैगाम पहुंच गया जी 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 सब तक पहुंच गया सब ने देखा और आप भी आए आपका भी शुक्रिया और बस मैं अपील करता हूं अपनी हुकूमत से कि हमारे पाकिस्तान में जो लाहौर में जराम हो रहा है इसको जरा रोकें बाजी मरियम मैं आपका भाई हूँ आपको बाजी बोलता हूँ और हमेशा मैं हीरो हीरो ही आप हाँ जी मैं हमेशा आपकी पार्टी का वर्कर रहा हूँ नवाज शरीफ साहब को बहुत प्यार किया आपको आप हमारी बड़ी बाजी हैं हमारी वजीर आला भी हैं आप तो बस ये जो मोहल्लों में करप्शन हो रही है मोहल्लों में ये जो हो रहे हैं इसको रोकें और वो उन लोगों को पकड़ें जिनके पास खतरनाक केमिकल होता है जी चोरों को कोई पैगाम ਚੋਰਾ ਨੂੰ ਮੋਟਰਸਾਈਕਲ ਹੋ ਸਕਦਾ ਹੈ ਆਪਕੋ ਵਾਪਿਸ ਦੇ ਜੀ ਚੰਨਸਮ ਮਾਫੀ ਮੰਗ ਕੇ ਚੋਰਾ ਨੂੰ ਇਹ ਪੈਗਾਮ ਹੈ ਕਿ ਚੋਰੋ ਕਾਲਿਓ ਚੋਰੋ ਓਏ ਮੇਰੇ ਵਰਗਿਓ ਚੋਰੋ ਤੁਹਾਨੂੰ ਰੱਬ ਦਾ ਵਾਸਤਾ ਹੈ ਕਦੀ ਕਿਸੇ ਦੀ ਕੋਈ ਚੀਜ਼ ਨਾ ਚੁੱਕੋ ਕਿਸੇ ਨੂੰ ਦੁੱਖ ਨਾ ਦਿਓ ਛੋਟੀ ਜੀ ਜ਼ਿੰਦਗੀ ਹੈ 100 ਬਰਸ ਕੀ ਜ਼ਿੰਦਗੀ ਮੇਂ ਇੱਕ ਪਲ ਕੋਈ ਐਸਾ ਕੰਮ ਕਰਕੇ ਤੈਨੂੰ ਕੋਈ ਯਾਦ ਰੱਖੇ ਆਪਣੇ ਬੱਚਿਆਂ ਨੂੰ ਹਰਾਮ ਦੀ ਰੋਟੀ ਨਾ ਖਵਾ ਅੱਛੀ ਰੋਟੀ ਖਵਾ ਫਿਰ ਤੇਰੇ ਬੱਚੇ ਅੱਛੇ ਨਿਕਲਣਗੇ ਨਹੀਂ ਤੇ ਜਿਸ ਤਰ੍ਹਾਂ ਤੈਨੂੰ ਗਾਲਾਂ ਪੈਣਗੀਆਂ ਤੇਰੇ ਬੱਚਿਆਂ ਨੂੰ ਵੀ ਪੈਣਗੀਆਂ ਤੇ ਜੇ ਮੇਰੀ ਮੋਟਰਸਾਈਕਲ ਤੈਨੂੰ ਇਹ ਵੀਡੀਓ ਵੇਖ ਕੇ ਅਹਿਸਾਸ ਹੋ ਜੇ ਤੇ ਵਾਪਸ ਦੇ ਦੀ ਨਹੀਂ ਤੇ ਉੱਤੇ ਕੋਈ ਗਲਤ ਕੰਮ ਨਾ ਕਰੀ ਤੇਰੀ ਮਿਹਰਬਾਨੀ ਚੰਨ ਸਾਹਿਬ ਲੋਕੋ ਕੇ ਚੀਜ਼ ਚੋਰੀ ਹੁੰਦੀ ਹੈ ਕੋਈ ਚੀਜ਼ ਛੀਨ ਕੇ ਲੈ ਜਾਂਦਾ ਲੋਕ ਤਾਂ ਬਦਦੁਆਏ ਦਿੰਦੇ ਆ ਚੋਰੀਆਂ ਉਠਾ ਕੇ ਆਪ ਹਦਾਇਤ ਕਰ ਰਹੇ ਹੈ ਹਮ ਫਨਕਾਰ ਹੈ ਦੁਨੀਆ ਮੇ ਔਰ ਹਮ ਮੇ ਯਹੀ ਫਰਕ ਹੈ ਹਮਾਰਾ ਤਕਵਾ ਰੱਬ ਪੇ ਹੈ ਜਿਸ ਕਾ ਤਕਵਾ ਰੱਬ ਪੇ ਹੁੰਦਾ ਹੈ ਉਹ ਕਿਸੇ ਕੋ ਬਦਦੁਆ ਨਹੀਂ ਦਿੰਦਾ ਹਮ ਕਿਸੇ ਕੋ ਬਦਦੁਆ ਨਹੀਂ ਦਿੰਦੇ ਕਿਉਂਕਿ ਮੈਂ ਕਹਤਾ ਹੂੰ ਆਪਣੀ ਕਬਰ ਭਾਰੀ ਕਰ ਗਿਆ ਹਾਂ ਡਰੋ ਉਸ ਬੱਦਵਾਸੇ ਜੋ ਬੋਲ ਕੇ ਨਹੀਂ دی جاتی। ਆਪਕੋ ਮੇਰੀ ਬਾਤ ਕੀ ਸਮਝ ਆਈ? ਆ ਗਈ ਚੰਦ ਸਾਹਿਬ ਆ ਗਈ। ਹਮਨੇ ਕਿਸੇ ਕੋ ਬੱਦਵਾ ਦੇਤੇ ਮੈਂ ਹਰ ਵੀਡੀਓਜ਼ ਕਹਿ ਰਹੇ ਆ ਤੁਹਾਡੀ ਵੀਡੀਓ ਚ ਵੀ ਕਹਿ ਰਹੇ ਆ ਕਿ ਅੱਲਾ ਤੇਰਾ ਭਲਾ ਕਰੇ। ਤੂੰ ਸਾਡੀ ਮੇਰੇ ਪੁੱਤਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਵੀ ਤੇਰੀ ਮਿਹਰਬਾਨੀ ਤੇਰੀ ਮੈਂ ਥੈਂਕ ਯੂ ਕਰਨਾ। ਲੇਕਿਨ ਕਿਸੇ ਦੇ ਬੱਚੇ ਦੇ ਵਿੱਚ ਜਦੋਂ ਤੁਸੀਂ ਅੱਖਾਂ 'ਚ ਕੁਝ ਪਾਉਂਦੇ ਹੋ ਤੇ ਤੁਹਾਡਾ ਜ਼ਮੀਰ ਜਾਗਣਾ ਚਾਹੀਦਾ ਕਿ ਤੁਹਾਡੇ ਬੱਚੇ ਵੀ ਹੈਗੇ ਨੇ। आज इस वक्त में 30000 निकालना तो बड़ी मुश्किल हो गया है मेरे को हुन मैं तनु कसम खा के नहीं नहीं ते नहीं दस सकदा कैमरे ਦੇ ਸਾਹਮਣੇ ਸੱਚ ਬੋਲ ਮੇਰੇ ਕੋ ਤੇ 5000 ਨਹੀਂ ਜੇਗਾ ਤੇ ਮੈਂ 30000 ਕਿੱਥੋਂ ਲਿਆਵਾਂ ਕਿਉਂਕਿ ਕੱਲ ਮੈਂ ਕਿਰਾਇਆ ਦਿੱਤਾ ਜੇ ਕੱਲ ਮੇਰੇ ਬਿੱਲ ਦੀ ਆਖਰੀ ਤਾਰੀਖ ਸੀ ਬਿੱਲ ਤਾਰਿਆ ਜੇ 20000 ਰੁਪਿਆ ਕਿਰਾਇਆ ਜੇ 15000 ਮੈਂ ਬਿੱਲ ਤਾਰਿਆ ਜੇ ਆਪਣਾ 2000 ਗੈਸ ਦਾ ਬਿੱਲ ਤਾਰਿਆ ਜੇ ਆਪਣਾ ਫਿਰ ਮੈਂ ਇੱਕ ਨਵਾਂ ਮੀਟਰ ਲਵਾਇਆ ਹੈ ਐਕਸਟਰਾ ਉਹਦਾ ਜਿਹੜਾ ਪਹਿਲੇ ਉਹ ਲੱਗਦਾ ਹੈ ਉਹ ਚੇਂਜ ਕਰਨ ਵਾਲਾ ਉਹਦਾ 4000 ਰੁਪਏ ਸੀ ਉਹ ਦਿੱਤਾ ਜੇ ਜਾ ਕੇ ਵੇਖ ਲਓ ਤੁਹਾਨੂੰ ਸਾਰੀਆਂ ਚੀਜ਼ਾਂ ਵਾਹ ਦਿੰਦਾ ਤੇ ਹੁਣ ਮੈਂ ਕਿੱਥੋਂ ਲਿਆਵਾਂ ਪੈਸੇ ਕੋਈ ਦਰਖਤਾ ਨਾ ਤੇ ਲੱਗੇ ਨਹੀਂ ਮੋਟਰਸਾਈਕਲ ਕੀ ਵਜ੍ਹਾ ਸੇ ਅਬ ਆਪਕੋ ਪਤਾ ਹੈ ਕਿ ਆਜ ਕੱਲ੍ਹ ਤੋਂ ਜ਼ਰੂਰਤ ਹੈ ਲੇਕਿਨ ਬੜੇ ਸ਼ਰਮ ਕੀ ਬਾਤ ਹੈ ਕਿ ਅਫਨਕਾਰੋਂ ਕੋ ਵੀ ਛੋੜਾ ਨਹੀਂ ਜਾਂਦਾ ਉਹ ਕਹਤੇ ਨੇ ਘਰ ਕਾ ਭੇਦੀ ਲੰਗਾੜ ਹੈ ਯਕੀਨਨ ਕੋਈ ਜਾਣਤਾ ਹੋਗਾ ਅਗਰ ਮੁਹੱਲੇ ਮੇ ਵਕੂਆ ਹੋਆ ਹੈ ਸਭ ਕੇ ਸਾਹਮਣੇ ਵਕੂਆ ਹੋਆ ਹੈ ਤਾਂ ਯਕੀਨਨ ਆਸ-ਪਾਸ ਕੀ ਲੋਕ ਹੋਣਗੇ ਉਹ ਹਮਾਰੇ ਮੁਹੱਲੇ ਕੇ ਬੰਦੇ ਨਹੀਂ इर्द गिर्द की आबादी के बातेंदे हमारे इस माशरे में जितनी या इस वक्त गुर्बत चल रही है ये सारा मेन काम गुर्बत से है हैबत इतनी हो गई है कि लोग लोगों को लूटना शुरू हो गए हैं लोग लोगों को बच्चे उठाना शुरू हो गए मोहल्ले में बच्चे उठा के ले जाते हैं मोहल्ले में आयस आम हो रही है मोहल्ले में नशे आम हो रहे हैं जी सब तो कह रहे हैं कि जो चढ़ाई में बड़ा कंट्रोल कर लिया है अभी नहीं 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 ये बातें है सारी की सारी बातें हैं और आपके सामने ही है आप जगह जगह चले जाएं मंशियात बिख रही है जराइम आम हो रहे हैं जी? चोरी हो रही है डकैतियां हो रही हैं लेकिन पुलिस के पास जाएं पुलिस कहती है हम लोग इसे कंट्रोल तो कर रहे हैं लेकिन कंट्रोल होता हमें नजर क्यों नहीं आता अल्लाह हाफिज है लाहौर भी कराची बन चुका है बड़ा इनकेश